ਸੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਸੀ ਮੇਰਾ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਮੋਟਾਪੇ ਅਤੇ ਸ਼ੂਗਰ ਬਾਰੇ। ਮੋਟਾਪਾ ਅਤੇ ਸ਼ੂਗਰ ਆਪਣੇ ਪੂਰੇ ਮੁਲਕ ਦੇ ਵਿੱਚ ਇੱਕ ਕੈਂਸਰ ਦੀ ਤਰ੍ਹਾਂ ਫੈਲ ਰਿਹਾ ਹੈਗਾ। ਹਰ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਮੋਟਾਪਾ ਜਾਂ ਸ਼ੂਗਰ ਤੋਂ ਪੀੜਿਤ ਹੈਗਾ, ਚਾਹੇ ਉਹ ਬੱਚਾ ਜਾਂ ਬਜ਼ੁਰਗ ਹੈ ਜਾਂ ਕਿਸੇ ਵੀ ਏਜ ਦਾ ਹੈਗਾ, ਕੋਈ ਨਾ ਕੋਈ ਪੇਸ਼ੈਂਟ ਹੈਗਾ। ਸੋ ਉਹਦਾ ਰੀਜ਼ਨ ਕੀ ਹੈਗਾ? ਆਪਣਾ ਬਦਲਦਾ ਲਾਈਫ ਸਟਾਈਲ, ਆਪਾਂ ਵੈਸਟਰਨ ਲਾਈਫ ਸਟਾਈਲ ਵੱਲ ਜਾ ਰਹੇ ਹਾਂ, ਆਪਣਾ ਖਾਣ ਪੀਣ ਜਿਹੜਾ ਹੈਗਾ ਬਿਲਕੁਲ ਮਾਡਰਨਾਈਜੇਸ਼ਨ ਹੋ ਗਿਆ, ਆਪਣਾ ਹਾਈ ਕੈਲੋਰੀ ਫੂਡ ਹੈਗਾ, ਆਪਣੀ ਆਪਣਾ ਲਾਈਫ ਇੰਨੀ ਬਿਜ਼ੀ ਹੋ ਚੁੱਕੀ ਹੈ ਕਿ ਬੱਚਿਆਂ ਤੋਂ ਲੈ ਕੇ ਅਡਲਟਸ ਤੱਕ ਕਿਸੇ ਨੂੰ ਵੀ ਟਾਈਮ ਨਹੀਂ ਹੈਗਾ ਵੀ ਆਪਾਂ ਵਾਕ ਕਰ ਸਕੀਏ ਜਾਂ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ ਜਾਂ ਆਪਾਂ ਮਤਲਬ ਫਿਜ਼ੀਕਲ ਐਕਟੀਵਿਟੀ ਆਪਣੀ ਘੱਟ ਗਈ ਹੈ, ਪਲੱਸ ਆਪਣਾ ਜਿਹੜਾ ਖਾਣਾ ਪੀਣਾ ਹੈਗਾ ਬਹੁਤ ਜ਼ਿਆਦਾ ਹਾਈ ਕੈਲਰੀ ਡਾਈਟ ਵੱਲ ਆ ਗਿਆ, ਜਿਹਦੇ ਕਰਕੇ ਆਪਣਾ ਲਗਾਤਾਰ ਵੇਟ ਵੱਧ ਰਿਹਾ। ਸੋ ਵੇਟ ਦੇ ਨਾਲ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਐਸੋਸੀਏਟਡ ਹਨ, ਜਿਵੇਂ ਕਿ ਸ਼ੂਗਰ ਦੀ ਬਿਮਾਰੀ, ਹਾਈਪਰਟੈਂਸ਼ਨ, ਸਲੀਪ ਐਪਨੀਆ, ਖਰਾਟਿਆਂ ਨੇ, ਕੈਂਸਰ ਦੀ ਬਿਮਾਰੀ, ਗੋਡਿਆਂ ਦੀ ਪ੍ਰੋਬਲਮ, ਇਨਫਰਟਿਲਿਟੀ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਮੋਟਾਪੇ ਤੋਂ ਨਾਲ ਜੁੜੇ ਹਨ। ਇਹ ਬਿਮਾਰੀਆਂ ਅੱਜ ਤੋਂ 30 ਸਾਲ ਪਹਿਲਾਂ ਨਹੀਂ ਸੀਗੀਆਂ, ਅੱਜ ਆਪਣਾ ਮਾਡਰਨ ਵਰਲਡ ਹੋਣ ਕਰਕੇ ਇਹ ਮੋਟਾਪਾ ਵੱਧ ਰਿਹਾ ਅਤੇ ਬਿਮਾਰੀਆਂ ਵੀ ਆ ਰਹੀਆਂ। ਸੋ ਆਮ ਪੇਸ਼ੈਂਟ ਨੂੰ ਇਹ ਨਹੀਂ ਪਤਾ ਵੀ ਅਸੀਂ ਜਾਣਾ ਕਿੱਥੇ ਹੈ, ਉਹ ਇਕੱਲੇ ਇਕੱਲੇ ਡਾਕਟਰ ਕੋਲ ਜਾ ਰਿਹਾ, ਮਤਲਬ ਜਿਵੇਂ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੋ ਗਈ, ਗੋਡੇ ਵਾਲੇ ਪਤਲਾਉਣ ਚਲਾ ਜਾਂਦਾ, ਸਾਹ ਦੀ ਤਕਲੀਫ ਹੈ, ਸਾਹ ਦੇ ਡਾਕਟਰ ਕੋਲ ਚਲਾ ਗਿਆ। ਸੋ ਸਾਰੀ ਬਿਮਾਰੀਆਂ ਦਾ ਜੇ ਆਪਾਂ ਇੱਕ ਹੱਲ ਕਰ ਲਈਏ ਵੀ ਵੇਟ ਘਟਾ ਲਈਏ ਕਿਸੇ ਵੀ ਤਰੀਕੇ ਨਾਲ, ਚਾਹੇ ਤੁਸੀਂ ਆਪਣੀ ਡਾਈਟਿੰਗ ਕਰੋ, ਚਾਹੇ ਆਪਣਾ ਲਾਈਫ ਸਟਾਈਲ ਮੋਡੀਫਾਈ ਕਰੋ, ਆਪਣਾ ਹੈਲਦੀ ਖਾਣਾ ਖਾਓ, ਤਾਂ ਪੇਸ਼ੈਂਟ ਨੂੰ ਫਿਊਚਰ ਤੋਂ ਬਿਮਾਰੀਆਂ ਤੋਂ ਬਚ ਸਕਦਾ ਹੈ। ਈਵਨ ਜੇ 10% 10 ਕਿਲੋ ਪੇਸ਼ੈਂਟ ਵੀ ਵੇਟ ਘਟਾ ਲੈਂਦਾ, ਉਹਨੂੰ ਡਾਇਬਿਟੀਜ਼ ਦੀ ਪ੍ਰੀਵੈਂਸ਼ਨ ਕਰ ਸਕਦਾ ਵੀ ਡਾਇਬਿਟੀਜ਼ ਫਿਊਚਰ 'ਚ ਨਾ ਹੋਵੇ, ਉਹਦੇ ਚਾਂਸ ਜਿਹੜੇ 50% ਰਹਿ ਜਾਣਗੇ ਜੇ ਪੇਸ਼ੈਂਟ ਆਪਣਾ 10 ਕਿਲੋ ਵੇਟ ਘੱਟ ਜਾਂਦਾ। ਸੋ ਜਿਹੜੇ ਪੇਸ਼ੈਂਟਸ ਇਹ ਮੋਡੀਫਾਈ ਨਹੀਂ ਕਰਕੇ ਕਰ ਪਾਉਂਦੇ, ਉਹਨਾਂ ਲਈ ਅਸੀਂ ਸਰਜਰੀ ਰਿਕਮੈਂਡ ਕਰਦੇ ਹਾਂ, ਜਿਹਨੂੰ ਅਸੀਂ ਬਰੈਟਿਕ ਸਰਜਰੀ ਜਾਂ ਮੈਟਾਬੋਲਿਕ ਸਰਜਰੀ ਕਹਿੰਦੇ ਹਾਂ। ਅਤੇ ਇੱਕ ਰੀਸੈਂਟ ਟ੍ਰੀਟਮੈਂਟ ਜਿਹੜਾ ਸ਼ੂਗਰ ਵਾਲੇ ਪੇਸ਼ੈਂਟਸ ਲਈ ਇੱਕ ਖੁਸ਼ਖਬਰੀ ਹੈ ਕਿ ਜਿੰਨੇ ਵੀ ਸ਼ੂਗਰ ਦੇ ਪੇਸ਼ੈਂਟਸ ਹੈਗੇ ਆ, ਉਹਨਾਂ ਲਈ ਇੱਕ ਸਰਜਰੀ ਹੈਗੀ ਜਿਹੜੀ ਮੈਟਾਬੋਲਿਕ ਸਰਜਰੀ ਜਿਹਨੂੰ ਕਹਿੰਦੇ ਆ। ਉਸ ਸਰਜਰੀ ਦੇ ਦਰਮਿਆਨ ਸਰਜਰੀ ਦੇ ਨਾਲ ਆਪਣਾ ਪੇਸ਼ੈਂਟ ਸ਼ੂਗਰ ਜਿਹੜੀ ਆ ਹਮੇਸ਼ਾ ਲਈ ਖਤਮ ਕਰ ਸਕਦਾ। ਸਾਡੇ ਕੋਲ ਜਿੰਨੇ ਵੀ ਪੇਸ਼ੈਂਟ ਆ ਰਹੇ ਆ, ਅਸੀਂ ਉਹਦੀ ਪ੍ਰੋਪਰ ਇਵੈਲੂਏਸ਼ਨ ਕਰਦੇ ਹਾਂ ਵੀ ਤੁਹਾਡਾ ਪੈਨਕ੍ਰੀਅਸ ਕਿੰਨਾ ਕੰਮ ਕਰਦਾ, ਉਹਦੇ ਅਕੋਰਡਿੰਗਲੀ ਅਸੀਂ ਪੇਸ਼ੈਂਟ ਨੂੰ ਰਿਕਮੈਂਡ ਕਰਦੇ ਹਾਂ ਮੈਟਾਬੋਲਿਕ ਸਰਜਰੀ ਬਾਰੇ। ਇਹ ਜਿੰਨੀ ਵੀ ਸਰਜਰੀ ਲੈਪਰੋਸਕੋਪਿਕਲੀ ਕੀਤੀ ਜਾਂਦੀ ਹੈ, ਸਰਜਰੀ ਤੋਂ 2 ਤੋਂ 3 ਘੰਟੇ ਬਾਅਦ ਪੇਸ਼ੈਂਟ ਚੱਲ ਸਕਦਾ, ਟੋਟਲ 4 ਦਿਨ 'ਚ ਪੇਸ਼ੈਂਟ ਦੀ ਛੁੱਟੀ ਹੋ ਜਾਂਦੀ ਹੈ। ਓਪਰੇਸ਼ਨ ਤੋਂ ਬਾਅਦ ਪੇਸ਼ੈਂਟ ਦੀ ਪਹਿਲੇ ਹਫ਼ਤੇ ਦੇ ਵਿੱਚ ਹੀ ਇਨਸੂਲਿਨ ਜਾਂ ਦਵਾਈਆਂ ਬੰਦ ਹੋ ਜਾਂਦੀਆਂ ਅਤੇ ਉਹ ਇੱਕ ਨੋਰਮਲ ਜੀਵਨ ਜੀ ਸਕਦਾ, ਇੱਕ ਨੋਰਮਲ ਇਨਸਾਨ ਹੋਊਗਾ। ਤਾਂ ਲਾਈਫ ਲੌਂਗ ਉਹਨੂੰ ਚਾਂਸਸ ਨਹੀਂ ਹੈਗੇ ਵੀ ਦੁਬਾਰਾ ਡਾਇਬਿਟੀਜ਼ ਹੋਵੇ, ਬਟ ਜੇ ਪੇਸ਼ੈਂਟ ਆਪਣਾ ਲਾਈਫ ਪੂਰਾ ਧਿਆਨ ਰੱਖਦਾ ਹੈਗਾ। ਸੋ ਇਹ ਖੁਸ਼ਖਬਰੀ ਹੈ ਪੇਸ਼ੈਂਟਸ ਲਈ, ਜਿੰਨੇ ਵੀ ਸ਼ੂਗਰ ਦੇ ਪੇਸ਼ੈਂਟਸ ਹੈ ਉਹ ਮੈਟਾਬੋਲਿਕ ਸਰਜਰੀ ਦਾ ਲਾਭ ਉਠਾ ਕੇ ਆਪਣੇ ਫਿਊਚਰ 'ਚ ਬਿਮਾਰੀਆਂ ਤੋਂ ਬਚ ਸਕਦੇ ਹਨ। ਮੇਰਾ ਨਾਮ ਵਿਨੋਦ ਕੁਮਾਰ ਬੰਸਲ ਹੈ, ਮੈਂ ਬਠਿੰਡਾ ਦਾ ਰਹਿਣ ਵਾਲਾ ਹਾਂ। ਮੇਰਾ ਜਿਹੜਾ ਵੇਟ ਸੀ ਪਹਿਲਾਂ 157 ਕਿਲੋ ਸੀਗਾ ਅਤੇ ਜਿਹੜੀ ਸ਼ੂਗਰ ਲੈਵਲ ਸੀਗਾ ਉਹ 368 ਸੀਗਾ। ਤਾਂ ਮੈਨੂੰ ਬੜਾ ਆਮ ਜਿਹੜਾ ਜਨ ਕੰਮ ਸੀਗੇ ਆਪਦੇ ਕਰਨ ਤੁਰਨ ਫਿਰਨ 'ਚ ਜਾਂ ਸ਼ੂਗਰ ਕਰਕੇ ਬੜਾ ਪ੍ਰੋਬਲਮ ਆਉਂਦੀ ਸੀ, ਤਾਂ ਮੈਂ ਇਹਦੇ ਬਾਰੇ ਸੁਣਿਆ ਵੀ ਇਸ ਤਰ੍ਹਾਂ ਦੀ ਇੱਕ ਸਰਜਰੀ ਹੈਗੀ ਜਿਹਦੇ ਨਾਲ ਸ਼ੂਗਰ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਅਤੇ ਵੇਟ ਵੀ ਘੱਟ ਜਾਂਦਾ ਹੈਗਾ। ਮੈਂ ਅੱਡ ਡਾਕਟਰਾਂ ਤੋਂ ਇਸ ਬਾਰੇ ਪਤਾ ਕੀਤਾ, ਫੋਰਨ ਤੱਕ ਵੀ ਪਤਾ ਕੀਤਾ, ਡਾਕਟਰ ਦਿੱਲੀ ਤੋਂ ਫੇਮਸ ਡਾਕਟਰ ਆ ਇੰਦੌਰ ਤੋਂ ਉਹਨਾਂ ਤੋਂ ਪਤਾ ਕੀਤਾ। ਅਲਟੀਮੇਟਲੀ ਜੋ ਸਰਚ ਕੀਤੀ, ਸਰਚ ਕਰਨ ਤੋਂ ਬਾਅਦ ਮੈਨੂੰ ਡਾਕਟਰ ਅਮਿਤ ਗਰਗ ਦਾ ਪਤਾ ਲੱਗਾ ਵੀ ਫੋਟੋ 'ਚ ਕਰਦੇ ਨੇ। ਮੈਂ ਇਹਨਾਂ ਨਾਲ ਕੰਸਲਟ ਕੀਤਾ ਤਾਂ ਮੈਂ ਉੱਥੋਂ ਟੈਸਟ ਕਰਾਏ, ਤਾਂ ਇਹਨਾਂ ਨੇ ਮੈਨੂੰ ਭਰੋਸਾ ਦਵਾਇਆ ਵੀ ਇਸ ਤਰ੍ਹਾਂ ਦੀ ਸਰਜਰੀ ਹੈ ਵੀ ਤੂੰ ਤੇਰੀ ਸਰਜਰੀ ਹੋ ਸਕਦੀ ਹੈ। 22 ਅਗਸਤ 2016 ਨੂੰ ਮੈਂ ਇਹ ਸਰਜਰੀ ਇਹਨਾਂ ਤੋਂ ਕਰਵਾਈ ਸੀ ਅਤੇ 3 ਦਿਨਾਂ ਬਾਅਦ ਮੈਨੂੰ ਛੁੱਟੀ ਮਿਲ ਗਈ ਅਤੇ ਮੈਂ ਬਿਲਕੁਲ 3 ਸਾਲਾਂ ਵਿੱਚ ਮੇਰਾ ਲਾਈਫ ਸਟਾਈਲ ਬਦਲ ਗਿਆ, ਬੜਾ ਸੌਖਾ ਰਹਿਣ ਲੱਗ ਗਿਆ। ਵੇਟ ਮੇਰਾ 98 kg ਹੈ ਹੁਣ, ਸ਼ੂਗਰ ਲੈਵਲ ਬਿਲਕੁਲ ਨੋਰਮਲ ਹੈ। ਮੈਂ ਹੁਣੇ ਕੱਲ੍ਹ ਹੀ ਟੈਸਟ ਕਰਵਾਇਆ ਜਿਹੜਾ ਮੇਰਾ HbA1 ਹੈ 3-6 ਮਹੀਨਿਆਂ ਦਾ, 103 ਐਵਰੇਜ ਮੈਨੂੰ ਸ਼ੂਗਰ ਆਈ ਹੈ, ਜਦੋਂ ਕਿ ਮੈਂ ਗੁਲਾਬ ਜਾਮਣ ਮਿੱਠਾ ਵੀ ਖਾਂਦਾ ਹੈ। ਕੋਈ ਇਹੋ ਜਿਹੀ ਬਣੋ ਨਹੀਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਮੈਡੀਸਨ ਗੋਲੀ ਟੀਕਾ ਮੈਂ ਕੋਈ ਨਹੀਂ ਲੈ ਰਿਹਾ, ਬਿਲਕੁਲ ਠੀਕ ਹੈ।
ਅਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਅੱਗੇ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਲੋਕ ਪੈਸੇ ਨੂੰ ਅਫੋਰਡ ਕਰ ਸਕਦੇ ਉਹ ਤਾਂ ਸਰਜਰੀ ਕਰਾ ਹੀ ਰਹੇ ਨੇ, ਵੀ ਇਸ ਨੂੰ ਇੰਸ਼ੋਰੈਂਸ ਜ਼ਰੂਰ ਲੈਣਾ ਚਾਹੀਦਾ, ਜਿਹੜੇ ਆਪਣੇ ਲੋਕ ਹੈ, ਇਨਸਾਨ ਹੈ, ਭਰਾ ਹੈ, ਉਹ ਆ ਸਰਜਰੀ ਨੂੰ ਕਰਾ ਕੇ ਆਪਦੀ ਲਾਈਫ ਬਚਾ ਸਕਣ।